ਮਿਤੀ 3/10/24 ਨੂੰ ਡੇਰਾਬਸੀ ਦੇ ਇਲਾਕੇ ਦੇ ਵਿੱਚ ਇੱਕ ਲੇਡੀ ਤੋਂ ਪਰਸ ਵੀ ਸਨੈਚ ਕੀਤਾ ਗਿਆ ਸੀ, ਜਿਸ ਤੋਂ ਬਾਅਦ FIR ਨੰਬਰ 305 ਅੰਡਰ ਸੈਕਸ਼ਨ 304 ਥਾਣੇ 'ਚ ਦਰਜ ਰਜਿਸਟਰ ਕੀਤਾ ਗਿਆ ਸੀ ਅਤੇ ਮਾਣਯੋਗ SSP ਸਾਹਿਬ, SP ਸਾਹਿਬ ਅਤੇ DSP ਸਾਹਿਬ ਦੀ ਦਿਸ਼ਾ ਨਿਰਦੇਸ਼ ਹੇਠ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਅਤੇ CCTV ਅਤੇ ਟੈਕਨੀਕਲ ਹੈਲਪ ਲੈ ਕੇ ਜਿਹੜੇ ਇਸ ਮੁਕਦਮੇ ਟਰੇਸ ਕੀਤਾ ਗਿਆ ਅਤੇ ਮੁਕਦਮੇ 'ਚ 3 ਦੋਸ਼ੀ ਸੰਜੀਵ ਕੁਮਾਰ, ਅਮਿਤ ਅਤੇ ਗੌਰਵ ਕੁਮਾਰ ਨੂੰ ਅਰੈਸਟ ਕਰ ਲਿਆ ਗਿਆ। ਅੱਜ ਦੋਸ਼ੀਆਂ ਨੂੰ ਸਵੇਰੇ ਅਰੈਸਟ ਕੀਤਾ ਗਿਆ ਅਤੇ ਦੋਸ਼ੀਆਂ ਪਾਸੋਂ ਜੋ ਆਪਣਾ ਪਰਸ ਮੋਬਾਈਲ ਫੋਨ ਅਤੇ ਕੈਸ਼ ਜੋ ਸਨੈਚ ਕੀਤਾ ਗਿਆ ਸੀ ਸਾਰਾ ਰਿਕਵਰ ਕਰਾ ਲਿਆ ਗਿਆ। ਹੋਰ ਵੀ ਕੋਈ ਵਾਰਦਾਤ ਨੂੰ ਅੰਜਾਮ ਦਿੱਤਾ? ਹੋਰ ਵੀ ਵਾਰਦਾਤਾਂ ਕੀਤੀਆਂ ਹੋਈਆਂ ਸੀ ਪਹਿਲਾਂ ਇਹਨਾਂ ਨੂੰ ਜੋ ਵੈਰੀਫਾਈ ਕਰਕੇ ਟਰੇਸ ਕਰ ਰਹੇ ਹਾਂ। ਅਤੇ ਪੜ੍ਹੇ ਲਿਖੇ ਹੈ ਕਿੱਦਾਂ ਹੈ, ਕਿਆ ਇਹਨਾਂ ਦਾ ਬੈਕਗਰਾਊਂਡ? ਬੈਕਗਰਾਊਂਡ ਵੈਸੇ ਘੱਟ ਪੜ੍ਹ ਲਿਖੇ ਹੈ, ਇੰਨੇ ਕੋਈ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈਗੇ, ਬਸ ਕ੍ਰਿਮੀਨਲ ਬੈਕਗਰਾਊਂਡ ਹੈਗੇ ਇਹਨਾਂ ਦਾ। ਕਿਸੇ ਦੇ ਇੱਕ ਪਰਚੇ ਨੇ ਸੰਜੀਵ ਅਤੇ ਇੱਕ ਪਰਚਾ ਹੈ ਅਤੇ ਅਮਿਤ ਅਤੇ ਦੋ ਪਰਚੀਆਂ ਮਿਲਾ। ਇਹੀ ਸਨੈਚਿੰਗ ਦਾ ਹੀ ਆ? ਇੱਕ ਸਨੈਚਿੰਗ ਦਾ ਅਤੇ ਐਂਟੀਵੇਸ ਦਾ। ਮਿਤੀ 3/10/24 ਨੂੰ ਡੇਰਾਬਸੀ ਦੇ ਇਲਾਕੇ ਦੇ ਵਿੱਚ ਇੱਕ ਲੇਡੀ ਤੋਂ ਪਰਸ ਵੀ ਸਨੈਚ ਕੀਤਾ ਗਿਆ ਸੀ, ਜਿਸ ਤੋਂ ਬਾਅਦ FIR ਨੰਬਰ 305 ਅੰਡਰ ਸੈਕਸ਼ਨ 304 ਥਾਣੇ 'ਚ ਦਰਜ ਰਜਿਸਟਰ ਕੀਤਾ ਗਿਆ ਸੀ ਅਤੇ ਮਾਣਯੋਗ SSP ਸਾਹਿਬ, SP ਸਾਹਿਬ ਅਤੇ DSP ਸਾਹਿਬ ਦੀ ਦਿਸ਼ਾ ਨਿਰਦੇਸ਼ ਹੇਠ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਅਤੇ CCTV ਅਤੇ ਟੈਕਨੀਕਲ ਹੈਲਪ ਲੈ ਕੇ ਜਿਹੜੇ ਇਸ ਮੁਕਦਮੇ ਟਰੇਸ ਕੀਤਾ ਗਿਆ ਅਤੇ ਮੁਕਦਮੇ 'ਚ 3 ਦੋਸ਼ੀ ਸੰਜੀਵ ਕੁਮਾਰ, ਅਮਿਤ ਅਤੇ ਗੌਰਵ ਕੁਮਾਰ ਨੂੰ ਅਰੈਸਟ ਕਰ ਲਿਆ ਗਿਆ। ਅੱਜ ਦੋਸ਼ੀਆਂ ਨੂੰ ਸਵੇਰੇ ਅਰੈਸਟ ਕੀਤਾ ਗਿਆ ਅਤੇ ਦੋਸ਼ੀਆਂ ਪਾਸੋਂ ਜੋ ਆਪਣਾ ਪਰਸ ਮੋਬਾਈਲ ਫੋਨ ਅਤੇ ਕੈਸ਼ ਜੋ ਸਨੈਚ ਕੀਤਾ ਗਿਆ ਸੀ ਸਾਰਾ ਰਿਕਵਰ ਕਰਾ ਲਿਆ ਗਿਆ। ਹੋਰ ਵੀ ਕੋਈ ਵਾਰਦਾਤ ਨੂੰ ਅੰਜਾਮ ਦਿੱਤਾ? ਹੋਰ ਵੀ ਵਾਰਦਾਤਾਂ ਕੀਤੀਆਂ ਹੋਈਆਂ ਸੀ ਪਹਿਲਾਂ ਇਹਨਾਂ ਨੂੰ ਜੋ ਵੈਰੀਫਾਈ ਕਰਕੇ ਟਰੇਸ ਕਰ ਰਹੇ ਹਾਂ। ਅਤੇ ਪੜ੍ਹੇ ਲਿਖੇ ਹੈ ਕਿੱਦਾਂ ਹੈ, ਕਿਆ ਇਹਨਾਂ ਦਾ ਬੈਕਗਰਾਊਂਡ? ਬੈਕਗਰਾਊਂਡ ਵੈਸੇ ਘੱਟ ਪੜ੍ਹ ਲਿਖੇ ਹੈ, ਇੰਨੇ ਕੋਈ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈਗੇ, ਬਸ ਕ੍ਰਿਮੀਨਲ ਬੈਕਗਰਾਊਂਡ ਹੈਗੇ ਇਹਨਾਂ ਦਾ। ਕਿਸੇ ਦੇ ਇੱਕ ਪਰਚੇ ਨੇ ਸੰਜੀਵ ਅਤੇ ਇੱਕ ਪਰਚਾ ਹੈ ਅਤੇ ਅਮਿਤ ਅਤੇ ਦੋ ਪਰਚੀਆਂ ਮਿਲਾ। ਇਹੀ ਸਨੈਚਿੰਗ ਦਾ ਹੀ ਆ? ਇੱਕ ਸਨੈਚਿੰਗ ਦਾ ਅਤੇ ਐਂਟੀਵੇਸ ਦਾ। ਮਿਤੀ 3/10/24 ਨੂੰ ਡੇਰਾਬਸੀ ਦੇ ਇਲਾਕੇ ਦੇ ਵਿੱਚ ਇੱਕ ਲੇਡੀ ਤੋਂ ਪਰਸ ਵੀ ਸਨੈਚ ਕੀਤਾ ਗਿਆ ਸੀ, ਜਿਸ ਤੋਂ ਬਾਅਦ FIR ਨੰਬਰ 305 ਅੰਡਰ ਸੈਕਸ਼ਨ 304 ਥਾਣੇ 'ਚ ਦਰਜ ਰਜਿਸਟਰ ਕੀਤਾ ਗਿਆ ਸੀ ਅਤੇ ਮਾਣਯੋਗ SSP ਸਾਹਿਬ, SP ਸਾਹਿਬ ਅਤੇ DSP ਸਾਹਿਬ ਦੀ ਦਿਸ਼ਾ ਨਿਰਦੇਸ਼ ਹੇਠ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਅਤੇ CCTV ਅਤੇ ਟੈਕਨੀਕਲ ਹੈਲਪ ਲੈ ਕੇ ਜਿਹੜੇ ਇਸ ਮੁਕਦਮੇ ਟਰੇਸ ਕੀਤਾ ਗਿਆ ਅਤੇ ਮੁਕਦਮੇ 'ਚ 3 ਦੋਸ਼ੀ ਸੰਜੀਵ ਕੁਮਾਰ, ਅਮਿਤ ਅਤੇ ਗੌਰਵ ਕੁਮਾਰ ਨੂੰ ਅਰੈਸਟ ਕਰ ਲਿਆ ਗਿਆ। ਅੱਜ ਦੋਸ਼ੀਆਂ ਨੂੰ ਸਵੇਰੇ ਅਰੈਸਟ ਕੀਤਾ ਗਿਆ ਅਤੇ ਦੋਸ਼ੀਆਂ ਪਾਸੋਂ ਜੋ ਆਪਣਾ ਪਰਸ ਮੋਬਾਈਲ ਫੋਨ ਅਤੇ ਕੈਸ਼ ਜੋ ਸਨੈਚ ਕੀਤਾ ਗਿਆ ਸੀ ਸਾਰਾ ਰਿਕਵਰ ਕਰਾ ਲਿਆ ਗਿਆ। ਹੋਰ ਵੀ ਕੋਈ ਵਾਰਦਾਤ ਨੂੰ ਅੰਜਾਮ ਦਿੱਤਾ? ਹੋਰ ਵੀ ਵਾਰਦਾਤਾਂ ਕੀਤੀਆਂ ਹੋਈਆਂ ਸੀ ਪਹਿਲਾਂ ਇਹਨਾਂ ਨੂੰ ਜੋ ਵੈਰੀਫਾਈ ਕਰਕੇ ਟਰੇਸ ਕਰ ਰਹੇ ਹਾਂ। ਅਤੇ ਪੜ੍ਹੇ ਲਿਖੇ ਹੈ ਕਿੱਦਾਂ ਹੈ, ਕਿਆ ਇਹਨਾਂ ਦਾ ਬੈਕਗਰਾਊਂਡ? ਬੈਕਗਰਾਊਂਡ ਵੈਸੇ ਘੱਟ ਪੜ੍ਹ ਲਿਖੇ ਹੈ, ਇੰਨੇ ਕੋਈ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈਗੇ, ਬਸ ਕ੍ਰਿਮੀਨਲ ਬੈਕਗਰਾਊਂਡ ਹੈਗੇ ਇਹਨਾਂ ਦਾ। ਕਿਸੇ ਦੇ ਇੱਕ ਪਰਚੇ ਨੇ ਸੰਜੀਵ ਅਤੇ ਇੱਕ ਪਰਚਾ ਹੈ ਅਤੇ ਅਮਿਤ ਅਤੇ ਦੋ ਪਰਚੀਆਂ ਮਿਲਾ। ਇਹੀ ਸਨੈਚਿੰਗ ਦਾ ਹੀ ਆ? ਇੱਕ ਸਨੈਚਿੰਗ ਦਾ ਅਤੇ ਐਂਟੀਵੇਸ ਦਾ।